ਆਚਕ ਦਰਸ਼ ਤਰਫਾ ਇਤਜਾਜੀ ਮੁਜ਼ਾਹਰੋ ਕਿਉਂ ਪਿਓ ਵਣੇ ਯਾਦ ਰੇਤ ਤੇਰੀ ਅੱਗ ਅੱਠ ਚੋਰਨ ਤਰਫਾ ਗੜਦੜੀ ਦਾਖਿਲ ਥੀ ਕਰੇ ਮੁਜ਼ਮਤ ਤੇ ਨੌਜਵਾਨ ਬਿਨ ਨੌਜਵਾਨ ਕਤਲ ਕਰੇ ਹੋ ਜੇਕੋ ਇੱਕ ਨੌਜਵਾਨ ਰਹੀਮਿਆਰ ਖਾਨ ਜੀ ਹਸਪਤਾਲ ਮੇ ਅੱਜ ਜ਼ਖਮਨ ਜਾ ਸੂਰ ਨਸਾਂ ਦੇ ਫੋਤੀ ਵਿਓ ਆਏ ਹਿਨ ਵਕਤ ਸੰਦਸ ਗੁਰਸਾ ਇੰਡਸ ਹਾਈਵੇ ਕਸ਼ਮੋਰ ਤੇ ਲਾਸ਼ ਕੇ ਰੱਖੀ ਕਰੇ ਇਤਜਾਜੀ ਮੁਜ਼ਾਹਰੋ ਕਰ ਰਹੇ ਹਨ ਅਚੋ ਦਾ ਇਹਨਾਂ ਕਾ ਪੁੱਛੂ ਤਾਂ ਇਹਨਾਂ ਜੋ ਇਹਨਾਂ ਵਾਲੇ ਦਾ ਛਾ ਚਾਉਣਾ ਹੈ ਇੱਕ ਮਾਣੂ ਪੇਰੇ ਦੀ ਮਾਰਜੀ ਵਿਓ ਬਿਓ ਮਾਣੂ ਅੱਜ 13 ਸਾਲਾ ਬਾਅਦ ਹਾਣੇ ਫੌਤ ਥੀ ਹੋਆ ਇਨੀ ਟਾਈਮ ਤੱਕ ਕੋ ਵੀ ਪੁਲਿਸ ਕਾਤਿਲ ਗ੍ਰਿਫਤਾਰ ਨਾ ਕਿਉ ਆ ਅਸਾਂ ਮਜਬੂਰਨ ਲਾਸ਼ ਰੱਖੀ ਕਰੇ ਅਸਾਂ ਜੋ ਕੋਈ ਰੋਡ ਬਿਲਾਕ ਕਿਉ ਆ ਹਾਣੇ ਅਸਾਂ ਦਾ ਡੀਐਸਪੀ ਜਾਂ ਕਮਿਸ਼ਨਰ ਸਿਆਰ ਉਹਨੀ ਕੁਰਾਨ ਸ਼ਰੀਫ ਤੇ ਹੱਥ ਰੱਖੀ ਕਰੇ ਚਿਉ ਆ ਤਮਾ ਕਾਤਿਲ ਗ੍ਰਿਫਤਾਰ ਕੰਦੋ ਐਫ ਆਈ ਆਰ ਵੀ ਸ਼ਾਮਤ ਹੀ ਥੀ ਆ नामिनेट एफ आई आर थी है जो क्रिमिनल जो नामिनेट एफ आई आर करे वो ऑलरेडी अस वी पी केसन में अग में ही वो पीओज एफ्स का रन डोहारी किस्म जन इनशाला तला अस ए पी सीस भी घुरा चैनू भी घुरा एक मिलियन में इनशाला तला सुनो रिजल्ट जी जालमन के कैफे किरदार जी इन वक्त मुजाहरिन जो गाल बुदियों ये चवण तो टे ढी अगर नौजवान के कतल किया वो गुजरियल ढी अज वरी नौजवान कतल थी वो यो ही मुतालबो है जैसे जवाबदार के गिरफ्तार न किया वो एतजाज सिलसिलो जारी किया वो कैमरा टीम से गड जाहिद खालिक सोलंगी इमकान टीवी कश्मोर इमकान टीवी के यूट्यूब चैनल जहाँ वीडियोज ए नोटिफिकेशन हासिल करने असल के सब्सक्राइब करो बेल आइकन दबाए न विसारियों।